ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਹਰ ਜਗ੍ਹਾ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਮੁਕਤਸਰ ਸਾਹਿਬ ਵਿੱਚ ਵੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ SSP ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਚੱਪੇ ਚੱਪੇ ਤੇ ਪ੍ਰਸ਼ਾਸਨ ਅਤੇ ਪੁਲਿਸ ਦੀ ਨਿਗਰਾਨੀ ਰਹੇਗੀ ਤਾਂ ਜੋ ਭਾਰਤੀ ਚੋਣ ਕਮਿਸ਼ਨ ਵੱਲੋਂ ਆਚਾਰ ਸੰਹਿਤਾ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ ਅਤੇ ਪੈਸੇ ਦੇ ਜ਼ੋਰ ਨੂੰ ਸਖਤੀ ਨਾਲ ਰੋਕਣ ਦੇ ਨਾਲ ਨਾਲ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ। ਸੀ ਵਿਜਲ ਐਪ ਉੱਤੇ ਹਰ ਨਾਗਰਿਕ ਆਪਣੀ ਸ਼ਿਕਾਇਤ, ਸਮੱਸਿਆ ਅਤੇ ਨਸ਼ੇ ਆਦਿ ਵੰਡਣ ਸੰਬੰਧੀ ਸੂਚਨਾਵਾਂ ਦੇ ਸਕਦੇ ਨੇ। ਜਿਸ ਸ਼ਿਕਾਇਤ ਤੇ ਚੋਣ ਕਮਿਸ਼ਨ ਦੀ ਵੀ ਨਿਗਰਾਨੀ ਹੋਵੇਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ। ਬਿਲਕੁਲ, ਸੀ ਵਿਜਲ ਹੈ, ਦਿਸ ਇਜ਼ ਐਨ ਐਪ, ਐਂਡਰਾਇਡ ਐਪ, ਇਟ ਹੈਸ ਕਮ ਇਨ ਆਈਫੋਨ ਆਲਸੋ। ਸੋ ਐਪ ਕਿਸੇ ਲੋਕ ਐਸ ਏ ਸਿਟੀਜ਼ਨ ਰਿਪੋਰਟਰ ਐਨੀਬਡੀ ਕੈਨ ਡਾਊਨਲੋਡ, ਹਰ ਡਾਊਨਲੋਡ ਕਰਕੇ ਉਸੀ ਮੇਂ ਦਰਜ ਕਰਵਾ ਸਕਦੀ ਹੂੰ। ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ, ਉਸਮੇਂ ਵੀ 24x7 ਮੋਨੀਟਰਿੰਗ ਅਸੀਂ ਕਰ ਰਹੇ ਹੋ, ਹਰ ਐਟ ਅ ਟਾਈਮ ਵੀ ਵਾਚ 3-4 ਚੈਨਲਸ। ਇਸਕੇ ਇਲਾਵਾ ਸੋਸ਼ਲ ਮੀਡੀਆ ਮੇਂ ਵੀ, ਫੇਸਬੁੱਕ, ਵਟਸਐਪ, ਟਵਿੱਟਰ, ਉਸਮੇਂ ਵੀ ਕੀਪ ਔਨ ਟਰੈਕਿੰਗ ਐਂਡ ਵਾਚਿੰਗ ਦੈਟ ਵਨ। ਹੁਣ ਤੱਕ ਕੋਈ ਕੰਪਲੇਂਟ ਨਹੀਂ ਹੈ ਕਿਸੇ ਐਨੀ ਪੇਡ ਨਿਊਜ਼ ਔਰ ਐਡਵਰਟਾਈਜ਼ਮੈਂਟ, ਪੋਲੀਟੀਕਲ ਐਡਵਰਟਾਈਜ਼ਮੈਂਟ ਨਜ਼ਰ ਮੇਂ ਨਹੀਂ ਆਇਆ ਹੁਣ ਤੱਕ। ਨਿਲ ਰਿਪੋਰਟ। ਇਸ ਇਲਾਵਾ ਸੋਸ਼ਲ ਮੀਡੀਆ, ਅਖਬਾਰਾਂ ਅਤੇ ਨਿਊਜ਼ ਚੈਨਲ ਨੂੰ ਵੀ ਹਰ ਸਮੇਂ ਨਿਗਰਾਨੀ 'ਚ ਰੱਖਿਆ ਜਾਵੇਗਾ। ਜ਼ਿਲ੍ਹੇ ਭਰ 'ਚ ਲਾਅ ਐਂਡ ਆਰਡਰ ਹਰ ਹਾਲ ਵਿੱਚ ਕਾਇਮ ਰੱਖਣ ਦਾ ਵਾਅਦਾ ਕਰਦੇ ਹੋਏ SSP ਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਸਾਰੇ ਅਸਲਾ ਧਾਰਕਾਂ ਨੂੰ ਹਦਾਇਤ ਹੈ ਕਿ ਉਹ 20 ਮਾਰਚ ਤੱਕ ਹਥਿਆਰ ਜਮ੍ਹਾਂ ਕਰਵਾ ਦੇਣ। ਇਲੈਕਸ਼ਨ ਦੇ ਵਿੱਚ ਇਸ ਵੇਲੇ ਹਰ ਬੰਦਾ ਜਿਹੜਾ ਨਾਗਰਿਕ, ਜਿੰਨੇ ਵੀ ਬੰਦਿਆਂ ਕੋਲ ਲਾਇਸੈਂਸਡ ਵੈਪਨ ਹੈਗੇ ਆ, ਜਿਹੜੇ ਕਿ ਇੱਥੋਂ ਇਸ਼ੂ ਹੋਇਆ ਲਾਇਸੈਂਸ, ਉਹਨਾਂ ਨੂੰ ਹਰ ਬੰਦੇ ਨੂੰ ਜਿਹੜਾ ਹੈਗਾ ਆ ਉਹਨੂੰ ਜਮ੍ਹਾਂ ਕਰਾਉਣਾ ਕਾਨੂੰਨੀ ਤੌਰ 'ਤੇ ਜਿਹੜਾ ਹੈਗਾ ਆ ਆਰਡਰ ਨਿਕਲ ਚੁੱਕੇ ਹੈਗੇ ਆ, ਪਲੱਸ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਵੀ ਆ, ਔਰ ਜਿਹੜੇ DC ਸਾਹਿਬ ਨੂੰ 144 ਦੇ ਆਰਡਰ ਹੋ ਗਏ। ਮੁਕਤਸਰ ਦੇ ਵਿੱਚ ਜਿੰਨੇ ਵੀ ਸਾਰੇ ਲੋਕ ਹੈਗੇ ਉਹਨਾਂ ਨੂੰ ਅਪੀਲ ਕਰਦੇ ਆ ਵੀ ਜਿਹੜੇ 144 ਦੀ ਵਾਇਲੇਸ਼ਨ ਕਰਨਗੇ ਉਹਨਾਂ ਦੇ ਉਲਟ ਜਿਹੜੀ ਹੈਗੀ ਸਖਤ ਕਾਰਵਾਈ ਹੋ ਸਕਦੀ ਹੈ। ਸੋ ਬੈਟਰ ਹੈ ਕਿ ਆਪਣਾ ਅਸਲਾ ਟਾਈਮ ਸਿਰ ਜਮ੍ਹਾਂ ਕਰਾਓ। ਚੋਣਾਂ ਦੇ ਸਮੇਂ ਵਿੱਚ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਜਾਂ ਫਿਰ ਲੜਾਈ ਝਗੜੇ ਦੀਆਂ ਖਬਰਾਂ ਅਕਸਰ ਹੀ ਆਉਂਦੀਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਚੁੱਕੇ ਕਦਮ ਕਿੰਨੇ ਕੁ ਸਾਰਥਿਕ ਹੁੰਦੇ ਨੇ। ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ, ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ, ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤਾਂ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।